ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ MLA ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਹਨਾਂ ਦੇ ਅਸਤੀਫੇ ਦੀ ਮੰਗ ਤੇਜ਼ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ ਸੁਖਪਾਲ ਖਹਿਰਾ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ। ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਅਦਾਲਤੀ ਹੁਕਮਾਂ ਦੀ ਸਭ ਨੂੰ ਪਾਲਣਾ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਮਾਨਯੋਗ ਪੰਜਾਬ ਦੇ ਹਰਿਆਣਾ ਹਾਈਕੋਰਟ ਵਿੱਚ ਅਦਾਲਤ ਵਾਰੰਟ ਵਿਰੁੱਧ ਪਟੀਸ਼ਨ ਪਾਈ ਹੈ, ਜਿਸ ਤੇ ਸੋਮਵਾਰ ਨੂੰ ਫੈਸਲਾ ਆਉਣਾ ਹੈ। ਇਹਦੇ 'ਚ ਕੋਈ ਪ੍ਰਾਈਵੇਟ ਬੰਦੇ ਨੇ ਜਾਂ ਸਰਕਾਰ ਨੇ ਜਾਂ ਅਕਾਲੀ ਦਲ ਨੇ ਤਾਂ ਕਿਹਾ ਨਹੀਂ ਜਾ ਕੇ ਕਿ ਵੀ ਉਹ ਹੈ। ਜੁਡੀਸ਼ਰੀ ਨੇ, ਜੱਜ ਸਾਹਿਬ ਨੇ ਸੰਮਨ ਭੇਜੇ ਨੇ ਤਾਂ ਉਹਨਾਂ ਨੂੰ ਲੈ ਕੇ ਉਹਦਾ ਲੜਨ ਦਾ ਕੇਸ ਲੜਨਾ ਆਪਣਾ। ਦੇਖੋ, ਜੇ ਤਾਂ ਇਹ ਸਮਝਦੇ ਨੇ ਕੇਜਰੀਵਾਲ ਸਾਹਿਬ ਕਿ ਵੀ ਅਸੀਂ ਬਹੁਤ ਇਮਾਨਦਾਰ ਹਾਂ, ਬਹੁਤ ਉਹ ਹਾਂ ਅਤੇ ਲੋਕਾਂ ਦੇ ਰੋਜ਼ ਰਜਾਈਨ ਮੰਗਦੇ ਨੇ, ਤਾਂ ਉਹਨਾਂ ਬੰਦ ਕਰ ਕੇ ਇਹਨੂੰ ਡਿਸਪੋਜ਼ ਕਰਨ, ਬਾਹਰ ਕੱਢਣ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ TV।